ਸਤਮਨਨ ਸਰ ਤੁਹਾਡਾ ਕੀ ਨਾਮ ਹੈ? ਸਦਾਮ ਹਸਨ ਭਾਈ। ਸਦਾਮ ਹਸਨ ਕਿੱਥੋਂ ਆ ਗਏ ਤੁਸੀਂ? ਸੱਚਾ ਸੌਦਾ ਤੋਂ ਸਰ। ਤੁਹਾਨੂੰ ਕਿਵੇਂ, ਤੁਹਾਨੂੰ ਖੁਸ਼ੀ ਕੀ ਹੈ, ਕਿਸ ਤਰ੍ਹਾਂ ਮਹਿਸੂਸ ਕਰਦੇ ਹੋ? ਇੰਨੀ ਖੁਸ਼ੀ ਤਾਂ ਪਤਾ ਨਹੀਂ ਤੁਹਾਨੂੰ ਹੋਈ ਹੈ ਕਿ ਨਹੀਂ ਜਿੰਨੀਆਂ ਮੇਰੀਆਂ ਅੱਖਾਂ 'ਚ ਪਾਣੀ ਆਇਆ ਕਿ ਕਿਸ ਤਰ੍ਹਾਂ ਆਪਣੇ ਘਰ ਆਏ ਹੋ ਇੱਥੇ, ਆਪਣੇ ਗੁਰੂ ਦੇ ਘਰ ਆਏ ਹੋ। ਅੱਲਾ ਜਾਣਦਾ ਮੈਨੂੰ ਉਹ ਫੀਲਿੰਗ ਹੋ ਰਹੀ ਹੈ ਜਿਸ ਤਰ੍ਹਾਂ ਅਸੀਂ ਹੱਜ ਕਰਨ ਚਾਹੀਦਾ, ਅਤੇ ਜਿਸ ਤਰ੍ਹਾਂ ਤੁਸੀਂ ਮਾਸ਼ਾਅੱਲਾ ਆਏ ਹੋ ਆਪਣੇ ਇੱਥੇ। ਕਸਮ ਨਾਲ ਮੈਂ ਬਿਲੀਵ ਨਹੀਂ ਕਰ ਸਕਦਾ, ਮੈਂ ਕੀ ਬਿਆਨ ਕਰਾਂ, ਕੋਈ ਮੇਰੇ ਕੋਲ ਅਲਫਾਜ਼ ਨਹੀਂ ਹੈ। ਮਾਸ਼ਾਅੱਲਾ ਇੰਨੀ ਖੁਸ਼ੀ ਹੋਈ, ਇੱਕ ਪੰਜਾਬ ਇਕੱਠਾ ਹੋ ਗਿਆ ਫਿਰ ਇੱਕ ਦਫਾ। ਦੋ ਦਿਨ ਪਹਿਲੇ ਮੈਂ ਬਾਬਾ ਨਾਨਕ ਕੀ ਜਗ੍ਹਾ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਪਾਕਿਸਤਾਨ ਵਿੱਚ ਸਥਿਤ ਹੈ, ਵਹਾਂ ਪੇ ਗਿਆ ਥਾ, ਔਰ ਮੈਂ ਪਹਿਲੇ ਜੱਥੇ ਮੈਂ ਸ਼ਾਮਿਲ ਥਾ ਜੋ ਕਰਤਾਰਪੁਰ ਕੋਰੀਡੋਰ ਕ੍ਰੋਸ ਕਰਕੇ ਪਾਕਿਸਤਾਨ ਗਏ ਥੇ। ਬਹੁਤ ਬਹੁਤ ਮਿਹਰਬਾਨੀ ਤੁਹਾਡੀ। ਮੁਝੇ ਯਾਦ ਹੈ ਵੋ ਦੋ ਦਿਨ ਪਹਿਲੇ ਉਸ ਯਾਤਰਾ ਕੇ ਬਹੁਤ ਸਾਰੇ ਪਲ ਜੋ ਨਾ ਭੁਲਾ ਪਾਣੇ ਵਾਲੇ ਹੈ। ਕ੍ਰੋਸ ਕਰਤੇ ਹੀ ਪਾਕਿਸਤਾਨ ਜੋ ਪਹਿਲਾ ਸਵਾਗਤ ਕੀਆ ਗਿਆ ਵੋ ਪਾਕਿਸਤਾਨ ਮੇਂ ਗੋਲਫ ਕਾਰ ਡਰਾਈਵਰ ਜੋ ਸ਼ਰਧਾਲੂਓਂ ਕੋ ਲੈਣੇ ਕੇ ਲੀਏ ਵਹਾਂ ਪੇ ਖੜੇ ਥੇ, ਸਦਾਮ ਹੁਸੈਨ। ਵੋ ਨਾਮ ਕਭੀ ਨਾ ਭੁੱਲਣੇ ਵਾਲਾ ਨਾਮ ਅਬ ਮੇਰੇ ਲਈ ਬਣ ਗਿਆ ਹੈ। ਅੱਲਾ ਪਾਕ ਤੁਹਾਨੂੰ ਇਸ ਤਰ੍ਹਾਂ ਹੀ ਖੁਸ਼ ਰੱਖੇ, ਇਸ ਤਰ੍ਹਾਂ ਹੀ ਤੁਸੀਂ ਆਓ, ਸਾਡੀਆਂ ਬਾਹਾਂ ਹਮੇਸ਼ਾ ਖੁੱਲੀਆਂ ਨੇ ਤੁਹਾਡੇ ਵਾਸਤੇ ਜਦੋਂ ਤੁਸੀਂ ਆਓ ਸਰ। ਮੇਰੇ ਦੋਸਤ ਨੇ, ਮੈਂ ਉਹਨਾਂ ਨੂੰ ਸੁਨੇਹਾ ਦਿਆਂਗਾ, ਹਰਪ੍ਰੀਤ ਸਾਹਿਬ ਨੇ, ਮਨਜਿੰਦਰ ਪੰਨੂ ਸਾਹਿਬ ਨੇ, ਉਸ ਤੋਂ ਬਾਅਦ ਬੱਬੀ ਭਾਈ ਨੇ, ਸਾਰੇ ਮੇਰੇ ਨਾਲ ਓਮਾਨ ਤੋਂ ਚੱਲਦੇ ਰਹੇ ਨੇ ਕੁਵੈਤ ਸਾਊਦੀਆ ਐਜ਼ ਏ ਡਰਾਈਵਰ। ਅੱਲਾ ਪਾਕ ਉਹਨਾਂ ਨੂੰ ਖੁਸ਼ ਰੱਖੇ, ਔਰ ਉਹਨਾਂ ਨਾਲ ਮੇਰਾ ਬੜਾ ਪਿਆਰ ਹੈ, ਮੇਰੇ ਭਰਾਵਾਂ ਧਰਾਵਾਂ ਦੇ ਨਾਲ ਰਿਲੇਸ਼ਨ ਨੇ ਮਾਸ਼ਾਅੱਲਾ। ਥੈਂਕ ਯੂ। ਅਤੇ ਅਲਹਮਦੁਲਿਲਾ ਤੁਸੀਂ ਵੀ ਸਾਡੇ ਵੱਡੇ ਭਾਈ। ਉਸਕੇ ਬਾਅਦ ਵਹਾਂ ਪੇ ਕੁਛ ਮੈਨੇ ਸਿਆਸੀ ਲੋਗੋ ਕੋ ਵੀ ਦੇਖਾ, ਪਾਕਿਸਤਾਨ ਕੇ ਫੋਰਨ ਸਪੋਕਸਮੈਨ ਫੈਸਲ ਮੁਹੰਮਦ ਸਾਹਿਬ ਸੇ ਬਾਤ ਕੀ। ਅੱਜ ਤੁਹਾਡੇ ਸਾਹਮਣੇ ਬੱਸ ਭਰੀ ਹੋਈ ਹੈ, ਤਿੰਨ ਬੱਸਾਂ ਭਰੀਆਂ ਹੋਈਆਂ, ਡਿਗਨੀਟਰੀਜ਼ ਹੈਗੇ ਨੇ ਤੁਹਾਡੇ ਵੱਲੋਂ, ਕਾਮਨ ਲੋਕ ਹੈਗੇ ਨੇ, ਖਵਾਤੀਨ, ਬੱਚੇ। ਸੋ ਆਈ ਫੀਲ ਸੋ ਹੈਪੀ ਦੈਟ ਵੀ ਵਰ ਏਬਲ ਟੂ ਡੂ ਦਿਸ। ਬੜੇ ਮੌਕੇ ਹੁੰਦੇ ਨੇ ਇੰਡੀਆ ਨੂੰ ਹਿੱਟ ਕਰਨ ਦੇ, ਅਸੀਂ ਕਰੀਦਾ ਵੀ ਹੈ ਜਦੋਂ ਲੋੜ ਹੁੰਦੀ ਹੈ। ਦਿਸ ਇਜ਼ ਨੋਟ ਦੀ ਮੂਮੈਂਟ, ਇਹ ਪਹਿਲਾ ਕਦਮ ਹੋਏਗਾ, ਆਖਰੀ ਨਹੀਂ ਹੋਏ। ਇਸ ਕੇ ਇਲਾਵਾ ਮੁਝੇ ਯਾਦ ਹੈ ਕਿ ਇੱਕ ਔਰ ਦੋਸਤ ਜਿਸ ਕੋ 2 ਸਾਲ ਸੇ ਹਮ ਦੋਨੋਂ ਸੋਸ਼ਲ ਮੀਡੀਆ ਪੇ ਇੱਕ ਦੂਸਰੇ ਕੋ ਫੋਲੋ ਕਰ ਰਹੇ ਥੇ, ਉਸਕੇ ਸਾਥ ਮੁਲਾਕਾਤ ਅਚਾਨਕ ਹੋਣੀ, ਵੋ ਇੱਕ ਅਨੁਭੂਤੀ, ਵੋ ਪਿਆਰ, ਵੋ ਖਲੂਸ, ਵੋ ਵੀ ਯਾਦ ਰਹੇਗਾ ਇਸ ਯਾਤਰਾ ਕੇ ਦੌਰਾਨ। ਭਾਰਤ ਔਰ ਪਾਕਿਸਤਾਨ ਕੇ ਦਰਮਿਆਨ ਖਟਾਸ ਹੋਣੇ ਕੇ ਬਾਵਜੂਦ ਇਸ ਰਿਸ਼ਤੋਂ ਕੋ ਜੋੜਨੇ ਕੇ ਲੀਏ ਜੋ ਕਰਤਾਰਪੁਰ ਕੋਰੀਡੋਰ ਬਣਾਇਆ ਗਿਆ, ਉਸ ਕਰਤਾਰਪੁਰ ਕੋਰੀਡੋਰ ਮੇਂ ਜਬ ਮੈਨੇ ਵਹਾਂ ਲੋਗੋ ਸੇ ਬਾਤ ਕੀ ਤੋ ਉਨਕਾ ਕਹਿਣਾ ਥਾ ਯੇ ਆਪਕੀ ਜਗ੍ਹਾ ਹੈ, ਆਪਕੇ ਗੁਰਦੁਆਰੇ ਹੈਂ, ਆਪ ਆਕੇ ਸੰਭਾਲੋ।